ਪਿੰਡ ਭੱਦਲ ਸੁਹਾ ਦਾ ਵਸਨੀਕ ਹਾਂ। ਮੰਡੀ ਗੋਬਿੰਦਗੜ੍ਹ ਵਿੱਚ ਜੋਗਿੰਦਰਾ ਟਰੱਸਟ ਵੱਲੋਂ ਕੈਂਪ ਲਗਾਇਆ ਗਿਆ ਸੀ, ਉਸ ਵਿੱਚ ਮੈਂ ਵੀ ਆਪਣਾ ਚੈੱਕਅਪ ਕਰਵਾਇਆ ਅਤੇ ਮੈਨੂੰ ਬਵਾ ਸ਼ੀਰ ਦੀ ਪ੍ਰੋਬਲਮ ਨਿਕਲੀ ਅਤੇ ਉਸ ਤੋਂ ਬਾਅਦ ਮੈਂ ਰਾਣਾ ਹੋਸਪਿਟਲ 'ਚ ਆਪਰੇਸ਼ਨ ਕਰਵਾਇਆ। ਮੇਰਾ ਆਪਰੇਸ਼ਨ ਬਿਲਕੁਲ ਠੀਕ ਠਾਕ ਹੋ ਗਿਆ ਹੈ ਅਤੇ ਮੈਂ ਆਪਣੇ ਘਰ ਜਾ ਰਿਹਾ ਹਾਂ। ਮੈਂ ਰਾਣਾ ਹੋਸਪਿਟਲ ਅਤੇ ਜੋਗਿੰਦਰਾ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਕੁਲਵਿੰਦਰ ਕੌਰ ਹੈ, ਅਸੀਂ ਰਤਨਗੜ੍ਹ ਦੇ ਰਹਿਣ ਵਾਲੇ ਹਾਂ। ਜੋ ਕਿ ਗੋਬਿੰਦਗੜ੍ਹ ਕੈਂਪ ਲੱਗਿਆ ਸੀ ਜੋਗਿੰਦਰਾ ਕੈਂਪ ਦਾ, ਉਹਦੇ ਵਿੱਚ ਅਸੀਂ ਟੈਸਟ ਕਰਵਾਏ ਅਤੇ ਹਾਰਨੀਆ ਦੀ ਪ੍ਰੋਬਲਮ ਆਈ। ਉਸ ਤੋਂ ਬਾਅਦ ਅਸੀਂ ਜੀ ਰਾਣਾ ਹੋਸਪਿਟਲ 'ਚ ਜਾ ਕੇ ਆਪਰੇਸ਼ਨ ਕਰਵਾਇਆ ਅਤੇ ਮੇਰੀ ਮਾਤਾ ਦਾ ਆਪਰੇਸ਼ਨ ਠੀਕ ਠਾਕ ਹੋ ਗਿਆ ਹੈ ਅਤੇ ਅਸੀਂ ਹੁਣ ਛੁੱਟੀ ਹੋ ਗਈ, ਅਸੀਂ ਘਰ ਨੂੰ ਜਾ ਰਹੇ ਹਾਂ। ਅਤੇ ਰਾਣਾ ਹੋਸਪਿਟਲ ਦਾ ਅਤੇ ਜੋਗਿੰਦਰਾ ਕੈਂਪ ਦਾ ਅਸੀਂ ਧੰਨਵਾਦੀ ਹਾਂ।